ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ। ਦੇਸ਼ ਵਿਦੇਸ਼ ਚ ਵਸਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਤੇ ਸਾਡੇ ਨਾਲ ਖਬਰਾਂ ਤੇ ਚਰਚਾ ਕਰਨ ਲਈ ਹਰ ਵਾਰ ਦੀ ਤਰ੍ਹਾਂ, ਹਰ ਰੋਜ਼ ਦੀ ਤਰ੍ਹਾਂ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲੀਟੀਕਲ ਐਨਾਲਿਸਟ ਸ਼ਿਵਿੰਦਰ ਸਿੰਘ ਜੀ। ਸਵਾਗਤ ਬਹੁਤ ਬਹੁਤ ਸ਼ਿਵਿੰਦਰ ਜੀ। ਸਭ ਤੋਂ ਵੱਡੀ ਖਬਰ ਜਿਹੜੀ ਇਸ ਵੇਲੇ ਨਿਕਲ ਕੇ ਸਾਹਮਣੇ ਆ ਰਹੀ ਹੈ, ਦਲਬੀਰ ਸਿੰਘ ਗੋਲਡੀ, ਸਾਬਕਾ ਵਿਧਾਇਕ ਧੂਰੀ, ਕਾਂਗਰਸ ਅਸਤੀਫਾ ਦੇ ਗਏ ਪਾਰਟੀ ਤੋਂ। ਦੇਖੋ, ਲੱਗ ਰਿਹਾ ਸੀ, ਕੱਲ੍ਹ ਵੀ ਆਪਾਂ ਚਰਚਾ ਕੀਤੀ ਸੀ ਕਿ ਦਲਬੀਰ ਗੋਲਡੀ ਸ਼ਾਇਦ ਨਵੇਂ ਰਾਹ ਅਖਤਿਆਰ ਕਰੇਗਾ। ਉਹ ਇੱਕ ਸ਼ੇਅਰ ਜਿਹਾ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਪਾਇਆ ਸੀ, ਉਹਦੇ ਵਿੱਚੋਂ ਲੱਗਦਾ ਸੀ ਕਿ ਉਹ ਜਿਹਦੇ ਵਿੱਚ ਨਵਾਂ ਰਾਹ ਅਖਤਿਆਰ ਕਰਨ ਦੀ ਗੱਲ ਕਰਦੇ ਨੇ। ਹੁਣ ਕਈ ਤਰ੍ਹਾਂ ਦਾ ਬਾਜ਼ਾਰ ਗਰਮ ਹੈਗਾ ਵੀ ਉਹ ਬੀਜੇਪੀ ਵਿੱਚ ਜਾਣਗੇ ਜਾਂ ਆਪ ਦੇ ਵਿੱਚ ਜਾਣਗੇ। ਕੁਛ ਕੁ ਮੈਨੂੰ ਆਪ ਦੀ ਸੰਭਾਵਨਾ ਲੱਗਦੀ ਆ, ਪਰ ਕੁਛ ਮਿੱਤਰ ਕਹਿ ਰਹੇ ਨੇ ਕਿ ਨਹੀਂ, ਉਹ ਬੀਜੇਪੀ ਵਿੱਚ ਵੀ ਜਾ ਸਕਦੇ ਨੇ। ਕਿਉਂਕਿ ਕਾਰਨ ਕੀ ਹੈ ਕਿ ਬੰਦਾ ਸੱਤਾਧਾਰੀ ਧਿਰ ਨਾਲ ਜੁੜਨਾ ਚਾਹੁੰਦਾ ਹੁੰਦਾ, ਚਾਹੇ ਉਹ ਸੈਂਟਰ ਦੀ ਸੱਤਾ ਹੋਵੇ ਜਾਂ ਇੱਥੋਂ ਦੀ। ਬੀਜੇਪੀ ਵਿੱਚੋਂ ਇੱਕ ਲਾਲਚ ਹੋ ਸਕਦਾ ਵੀ ਬੀਜੇਪੀ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦੇ ਦੇਵੇ। ਹਾਲਾਂਕਿ ਮੇਰਾ ਮੰਨਣਾ ਹੈਗਾ ਕਿ ਉੱਥੇ ਬੀਜੇਪੀ ਕੁਛ ਟਕਸਾਲੀ ਆਗੂ ਜਾਂ ਸਿੱਖ ਚਿਹਰੇ ਨੂੰ ਦਊਗੀ, ਜਿਹਦੇ ਵਿੱਚ ਗਰਿਆਲ ਵਗੈਰਾ ਦਾ ਵੀ ਨਾਂ ਆਉਂਦਾ ਹੈਗਾ। ਇਹ ਭਾਵੇਂ ਕਿ ਸਿੱਖ ਚਿਹਰਾ ਐਜ ਏ ਮਤਲਬ ਸੂਰਤ ਤੋਂ ਨਹੀਂ ਹੈਗੇ, ਉਹ ਸਿੱਖ ਪਰਿਵਾਰ ਦੇ ਵਿੱਚ ਜਨਮੇ ਹੋਏ ਨੇ, ਜੱਟ ਪਰਿਵਾਰ ਦੇ ਵਿੱਚ ਨੇ। ਲੇਕਿਨ ਇਹ ਇੱਕ ਹੋ ਸਕਦਾ ਵੀ ਬੀਜੇਪੀ ਉੱਥੋਂ ਟਕਸਾਲੀ ਨੂੰ ਦੇਵੇ, ਤਾਂ ਕਰਕੇ ਦੂਜਾ ਪੱਖ ਹੁੰਦਾ ਵੀ ਪੰਜਾਬ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਉਹਦੇ ਵੱਲ, ਕਿਉਂਕਿ ਇੱਕ ਤਾਂ ਬਰਨਾਲਿਆਂ ਦੀ ਸੀਟ ਖਾਲੀ ਹੋ ਸਕਦੀ ਹੈ ਜੇਕਰ ਮੀਤਹੀਆ ਜਿੱਤਦੇ ਨੇ ਤਾਂ। ਉਸ ਹਾਲਤ ਵਿੱਚ ਸੁਖਪਾਲ ਜੀ, ਇਹੀ ਹੈ ਕਿ ਸੁਖਪਾਲ ਖਹਿਰਾ ਦੀਆਂ ਮੁਸੀਬਤਾਂ ਮੁਸ਼ਕਲਾਂ ਵੱਧ ਸਕਦੀਆਂ ਨੇ ਦਲਬੀਰ ਸਿੰਘ ਗੋਲਡੀ ਦੇ ਜਾਣ ਨਾਲ, ਕਿਉਂਕਿ ਸੁਖਪਾਲ ਖਹਿਰਾ ਜਿਹੜੇ ਆ ਉਹ ਨਿਰੰਤਰ ਇਹਨਾਂ ਦੇ ਨਾਲ ਸੀਗੇ। ਇਹ ਚਾਹੁੰਦੇ ਸੀਗੇ ਵੀ ਦਲਬੀਰ ਗੋਲਡੀ ਉਹਨਾਂ ਦੇ ਹੱਕ 'ਚ ਪ੍ਰਚਾਰ ਕਰਨ, ਉਹਨਾਂ ਦੇ ਨਾਲ ਰਹਿਣ, ਪਰ ਜਦੋਂ ਪਰਸੋਂ ਦੇਰ ਰਾਤ ਇਹ ਪੋਸਟ ਪਾਈ ਗਈ ਤਾਂ ਉਸ ਤੋਂ ਬਾਅਦ ਸੁਖਪਾਲ ਖਹਿਰਾ ਦੀ ਬੇਚੈਨੀ ਵੀ ਵੱਧ ਗਈ ਸੀਗੀ। ਬਿਲਕੁਲ, ਕਿਉਂਕਿ ਦੇਖੋ ਧੂਰੀ ਹਲਕੇ ਦੇ ਵਿੱਚੋਂ ਤਾਂ ਚੰਗਾ ਆਧਾਰ ਸੀ, ਉਹਨੇ ਭਗਵੰਤ ਮਾਨ ਨੂੰ ਨਾਲ ਮੁਕਾਬਲਾ ਸੀਗਾ, ਹਾਲਾਂਕਿ ਉਹ ਕਾਫੀ ਵੱਡੇ ਵੋਟ ਦੇ ਫਰਕ ਨਾਲ ਹਾਰੇ ਸੀ, ਪਰ ਇਸ ਤੋਂ ਪਹਿਲਾਂ ਉਹ MLA ਉਹਨਾਂ ਦਾ ਹੈ, ਮਤਲਬ ਲੋਕਾਂ 'ਚ ਉਹਨਾਂ ਦਾ ਕੰਮ ਕਰਕੇ ਜਾਣੇ ਜਾਂਦੇ ਆ। ਭਾਵੇਂ ਕਿ ਇਹ ਤਾਂ ਨਹੀਂ ਵੀ ਉਹ ਸੀਟ ਕੱਢ ਲੈਣਗੇ, ਜੇ ਉਹ ਜੇ ਮਤਲਬ ਬੀਜੇਪੀ ਕੰਨੀ ਜਾਂਦੇ ਨੇ ਸੀਟ ਨਹੀਂ ਕੱਢਣਗੇ, ਕਿਉਂਕਿ ਬੀਜੇਪੀ ਦੀ ਹਾਲੇ ਉਸ ਤਰ੍ਹਾਂ ਦੀ ਹੈਸੀਅਤ ਨਹੀਂ। ਪਰ ਇੱਕ ਹੁੰਦਾ ਕਿ ਤੁਸੀਂ ਖੇਡ ਵਿਗਾੜਨਾ ਹੁੰਦਾ ਕਿਸੇ ਦਾ, ਖੇਡ ਵਿਗਾੜਨ ਦੇ ਵਿੱਚ ਤੁਸੀਂ ਜਿਹੜਾ ਯੋਗਦਾਨ ਪਾ ਸਕਦੇ ਹੋ ਉਹ ਸਿੱਧੀ ਜਿਹੀ ਗੱਲ ਹੈ ਕਿ ਉਹ ਸੁਖਪਾਲ ਖਹਿਰੇ ਦਾ ਖੇਡ ਵਿਗਾੜਨਗੇ। ਜੇ ਸੁਖਪਾਲ ਖਹਿਰੇ ਦਾ ਖੇਡ ਵਿਗੜਦਾ ਤਾਂ ਉਹ ਫਾਇਦਾ ਕਿਹਨੂੰ ਮਿਲਦਾ, ਉਹ ਵੀ ਆਪਾਂ ਨੂੰ ਪਤਾ ਹੀ ਓਬਵੀਅਸਲੀ ਕਿ ਆਮ ਆਦਮੀ ਪਾਰਟੀ ਨੂੰ ਮਿਲੇਗਾ। ਜੀ ਜੀ, ਖੇਡ ਵਿਗਾੜੀ ਕਿਹਦੇ ਕਹਿਣ ਤੇ ਹੋਏਗੀ, ਕਿਉਂਕਿ ਜਦੋਂ ਬੀਬੀ ਭੱਠਲ ਜਾਂਦੇ ਆ, ਰਾਜਾ ਵੜਿੰਗ ਜਾਂਦੇ ਆ, ਉਦੋਂ ਤਾਂ ਦਲਬੀਰ ਗੋਲਡੀ ਮੰਨ ਜਾਂਦੇ ਆ, ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਹੁੰਦੇ ਆ, ਉਹ ਸਾਰੇ ਮੰਨ ਜਾਂਦੇ ਆ। ਖੇਲ ਕਿਹਦੇ ਕਹਿਣ ਤੇ ਵਿਗਾੜੀ ਹੋਊਗੀ, ਜਿਹੜੀ ਪੂਰੀ ਚੈਸ ਸਜੀ ਸਜਾਈ ਸੀਗੀ, ਇਹ ਕਿਹਦੇ ਕਹਿਣ ਤੇ ਵਿਗਾੜ ਦਿੱਤੀ ਦਲਬੀਰ ਗੋਲਡੀ ਨੇ? ਮੈਨੂੰ ਲੱਗਦਾ ਨਾ ਜਦੋਂ ਇਹ ਖਬਰਾਂ ਆਈਆਂ ਸੀ ਨਾ ਵੀ ਕੰਮ ਮਾਮਲਾ ਸੈੱਟ ਹੋ ਗਿਆ, ਉਹ ਸੈੱਟ ਹੋਇਆ ਹੀ ਨਹੀਂ ਸੀਗਾ। ਉਦੋਂ ਵੀ ਉਹ ਚੰਗੀ ਤਰ੍ਹਾਂ ਉਹਦੀ ਸੰਤੁਸ਼ਟੀ ਨਹੀਂ ਹੋਈ ਸੀਗੀ। ਕਿਹਾ ਗਿਆ ਵੀ ਅਸੀਂ ਮਾਮਲਾ ਠੀਕ ਕਰਾ ਲਿਆ, ਇਹਨੇ ਵੀ ਕਹਿ ਦਿੱਤਾ ਵੀ ਚਲੋ ਹੁਣ ਘਰੇ ਆਏ ਨੇ ਵੀ ਮੈਂ ਗੱਲ ਮੰਨ ਲੈਂਦਾ ਹੈਗਾ, ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅੱਗ ਸੁਲਗਦੀ ਸੀਗੀ। ਉਹਦਾ ਕਾਰਨ ਕੋਈ ਵੱਡਾ ਦੇਖੋ ਇਹ ਹੈਗਾ ਕਿ ਮੈਂ ਇਸ ਮੰਚ ਤੋਂ ਦੋ ਤਿੰਨ ਦਫ਼ਾ ਗੱਲ ਕਰ ਚੁੱਕਾ ਵੀ ਸਾਡੇ ਲੀਡਰ ਜਿਹੜੇ ਹੈਗੇ ਨੇ ਉਹ ਸੱਤਾ ਦੇ ਨਾਲ ਰਹਿਣਾ ਚਾਹੁੰਦੇ ਨੇ, ਜਿਹੜੀ ਵੀ ਸੱਤਾ ਹੈਗੀ ਆ। ਹੁਣ ਬੰਦਾ MLA ਸੀ, MLA ਦੀ ਕੁਰਸੀ ਤੋਂ ਨਹੀਂ ਫਿਰ ਦੁਬਾਰਾ ਇਲੈਕਸ਼ਨ ਹੋਈ, ਨਹੀਂ ਜਿੱਤ ਸਕਿਆ, ਫਿਰ ਅਗਲਾ ਸੋਚਦਾ ਵੀ ਯਾਰ ਹੁਣ MLA ਵੀ ਨਹੀਂ ਬਣਿਆ ਅਤੇ ਪ੍ਰੋਮਿਸ ਕੀਤਾ ਹੋਊਗਾ ਪਹਿਲਾਂ ਕਾਂਗਰਸ ਪਾਰਟੀ ਨੇ, ਚੱਲ ਤੈਨੂੰ ਲੋਕ ਸਭਾ ਦੇ ਵਿੱਚ ਦੇਖਾਂਗੇ, ਲੋਕ ਸਭਾ ਚੋਣਾਂ 'ਚ ਟਿਕਟ ਨਹੀਂ ਮਿਲੀ ਹੈਗੀ, ਫਿਰ ਅਗਲਾ ਸੋਚਦਾ ਯਾਰ ਹੁਣ ਲੋਕ ਸਭਾ 'ਚ ਨਹੀਂ ਮਿਲੀ ਤਾਂ ਅੱਗੇ ਜਾ ਕੇ 27 ਦੇ ਵਿੱਚ ਇਲੈਕਸ਼ਨ ਆਉਣੀ ਆ, 27 ਵਿੱਚ ਵੀ ਪਤਾ ਨਹੀਂ ਕੀ ਕਹਾਣੀ ਬਣੂਗੀ ਨਹੀਂ ਬਣੂਗੀ। ਸੋ ਅਗਲਾ ਜਿਹੜਾ ਹੈਗਾ ਤੁਰੰਤ ਭਾਲਦਾ ਵੀ ਉਹਨੂੰ ਜਿਹੜਾ ਹੈਗਾ ਕੋਈ ਪੋਜੀਸ਼ਨ ਮਿਲੇ, ਉਹ ਸੱਤਾ ਦੇ ਨੇੜੇ ਹੋਵੇ। ਇਸ ਕਰਕੇ ਅਗਲੇ ਨੇ ਫਿਰ ਆਪਣਾ ਜਿਹੜਾ ਫੈਸਲਾ ਵਾ ਉਹ ਮਤਲਬ ਇਸ ਰੂਪ ਦੇ ਵਿੱਚ ਹੋ ਰਿਹਾ। ਹੁਣ ਕੰਸੋਹਾਂ ਦੋ ਤਰ੍ਹਾਂ ਦੀਆਂ ਨੇ ਵੀ ਦੋ ਪਾਰਟੀਆਂ ਉਹਦੀਆਂ ਪਸੰਦੀਦਾ ਹੋ ਸਕਦੀਆਂ ਨੇ, ਇੱਕ ਆਮ ਆਦਮੀ ਪਾਰਟੀ, ਦੂਜੀ ਬੀਜੇਪੀ। ਜੀ
ਪਰ ਸਵਾਲ ਇਹ ਹੈ ਕਿ ਕਾਂਗਰਸ ਨੇ ਏਡਾ ਵੱਡਾ ਰਿਸਕ ਲਿਆ ਹੀ ਕਿਉਂ ਵੀ ਸੁਖਪਾਲ ਖਹਿਰਾ ਨੂੰ ਸੰਗਰੂਰ ਭੇਜ ਦਿੱਤਾ? ਇਸੇ ਤਰ੍ਹਾਂ ਉਹਨਾਂ ਤੇ ਹੁਣ ਲੁਧਿਆਣੇ ਦੇ ਵਿੱਚ ਵੀ ਜਦੋਂ ਰਾਜਾ ਵੜਿੰਗ ਗਏ ਆ ਉਮੀਦਵਾਰ ਬਣ ਕੇ, ਉੱਥੇ ਵੀ ਪਾਰਟੀ ਦੇ ਅੰਦਰ ਵਿਰੋਧ ਹੈ। ਏਡਾ ਵੱਡਾ ਰਿਸਕ ਇਸ ਮੂਵਮੈਂਟ ਦੇ ਉੱਤੇ ਕੀ ਤੁਹਾਨੂੰ ਲੱਗਦਾ ਵੀ ਕਾਂਗਰਸ ਝੱਲ ਸਕਦੀ ਸੀਗੀ ਏਡਾ ਵੱਡਾ ਰਿਸਕ ਜੋ ਉਹਨਾਂ ਨੇ ਲੈ ਲਿਆ ਤੇ ਜਿਹਦੇ ਨਤੀਜੇ ਹੁਣ ਭੁਗਤਣੇ ਪੈ ਰਹੇ ਪਾਰਟੀ ਨੂੰ? ਪਤਾ ਨਹੀਂ ਹਾਲੇ ਨਤੀਜੇ ਭੁਗਤਣੇ ਪੈ ਰਹੇ ਕਿ ਨਹੀਂ, ਉਹ ਤਾਂ ਹੁਣ ਨਤੀਜੇ ਦੱਸਣਗੇ ਜਦੋਂ ਆਉਣਗੇ। ਪਰ ਮੈਂ ਉਹਨਾਂ ਨਤੀਜਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਸ਼ਿੰਦਰ ਜੀ ਕਹਿ ਰਿਹਾ ਵੀ ਜੋ ਕੁਛ ਹੁਣ ਜਿੱਦਾਂ ਤਰਥੱਲੀ ਜੀ ਮੱਚ ਗਈ ਆ ਪਾਰਟੀ ਵਰਕਰਸ ਦੇ ਵਿੱਚ, ਵੀ ਪਾਰਟੀ ਵਰਕਰਸ ਉਮੀਦਵਾਰਾਂ ਦਾ ਵਿਰੋਧ ਕਰਨ ਲੱਗ ਪਿਆ, ਦਲਬੀਰ ਗੋਲਡੀ ਵੀ ਇੱਕ ਹਿਸਾਬ ਦਾ ਵਿਰੋਧ ਹੀ ਕਰ ਰਿਹਾ ਨਾ ਸੁਖਪਾਲ ਖਹਿਰਾ ਦਾ। ਮੇਰੇ ਖਿਆਲ ਕਾਂਗਰਸ ਨੇ ਦੋ ਚੀਜ਼ਾਂ ਦੇਖੀਆਂ ਹੋਣੀਆਂ ਨੇ। ਇੱਕ ਤਾਂ ਇਹ ਦੇਖਿਆ ਹੋਣਾ ਕਿ ਉੱਥੋਂ ਭਗਵੰਤ ਮਾਨ ਕਹਿ ਦੀ ਇਹ ਸੀਟ ਹੈਗੀ ਆ ਲੋਕ ਸਭਾ ਵਾਲੀ, ਇੱਥੋਂ ਖੁਦ ਦੋ ਵਾਰ ਐਮ ਪੀ ਬਣੇ ਨੇ ਤੇ ਕਹਿੰਦੇ ਵੀ ਰਹੇ ਨੇ ਕਿ ਜੀ ਸਾਡੀ ਆਪ ਦੀ ਰਾਜਧਾਨੀ ਸੰਗਰੂਰ ਹੈਗੀ ਹੈ, ਤੇ ਇਸ ਕਰਕੇ ਹੁਣ ਅਮਿਤ ਹੇਅਰ ਵੀ ਇਹ ਕਹਿੰਦਾ ਰਿਹਾ ਕਿ ਇੱਥੋਂ ਮੈਂ ਨਹੀਂ ਚੋਣ ਲੜ ਰਿਹਾ, ਭਗਵੰਤ ਮਾਨ ਹੀ ਲੜ ਰਿਹਾ। ਇੱਕ ਤਾਂ ਸੀਗਾ ਵੀ ਇਹਨੂੰ ਸਿੱਧੀ ਟੱਕਰ ਕਿਵੇਂ ਕੌਣ ਦਊਗਾ? ਆਪਾਂ ਨੂੰ ਪਤਾ ਵੀ ਸੁਖਪਾਲ ਖਹਿਰਾ ਭਗਵੰਤ ਮਾਨ ਦੇ ਮਾਮਲੇ 'ਚ ਬਹੁਤ ਵੋਕਲ ਨੇ, ਉਹ ਲਗਾਤਾਰ ਉਹਨੂੰ ਲਲਕਾਰਦੇ ਹੈਗੇ ਨੇ। ਇੱਕ ਤਾਂ ਉਹ ਹੈ ਵੀ ਜਿਹੜਾ ਲਲਕਾਰਨ ਵਾਲਾ ਕੈਂਡੀਡੇਟ ਦੇ ਵਿੱਚੋਂ ਸੁਖਪਾਲ ਖਹਿਰਾ ਜਿਹੜਾ ਸਹੀ ਸੂਟ ਪੈਂਦਾ ਹੈਗਾ, ਦੂਜਾ ਪਿਛਲੀ ਵਾਰ ਇੱਥੋਂ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ ਜਿਹੜੇ ਕਿ ਪੰਥਕ ਵਿਚਾਰਾਂ ਦੇ ਨੇ, ਤੇ ਸੁਖਪਾਲ ਸਿੰਘ ਖਹਿਰਾ ਦੀ ਵੀ ਲਗਭਗ ਵਿਚਾਰਧਾਰਾ ਉੱਥੇ ਨੇੜੇ ਤੇੜੇ ਡਿੱਗ ਪੈਂਦੀ ਹੈ ਕਿਉਂਕਿ ਉਹ ਪੰਥਕ, ਉਹਦੀ ਬੈਕਗਰਾਊਂਡ ਪੰਥਕ ਹੈ। ਦੂਜੇ ਪਾਸੇ ਕਈ ਮਾਮਲਿਆਂ ਵਿੱਚ ਉਹ ਇਸ ਤਰ੍ਹਾਂ ਦੇ ਐਲੀਮੈਂਟਸ ਦੇ ਮਾਮਲੇ ਸੌਫਟ ਨੇ, ਚਾਹੇ ਤੁਹਾਡਾ ਦੀਪ ਸਿੱਧੂ ਹੋ ਗਿਆ, ਲੱਖਾ ਸਿਧਾਣਾ ਹੋ ਗਿਆ, ਜਾਂ ਫਿਰ ਇੱਦਾਂ ਦੇ ਐਲੀਮੈਂਟਸ ਦੇ ਸਿਮਰਨਜੀਤ ਸਿੰਘ ਮਾਨ ਹੀ ਕਿਉਂ ਨਾ ਹੋ ਗਿਆ, ਕਿਉਂਕਿ ਤੁਹਾਨੂੰ ਯਾਦ ਹੋਣਾ ਵੀ ਜਦੋਂ ਮਾਨ ਸਿੰਘ ਬਾਈ ਇਲੈਕਸ਼ਨ 'ਚੋਂ ਜਿੱਤੇ ਸੀਗੇ ਤਾਂ ਉਹਨਾਂ ਨੇ ਬੜੀ ਉਹਨਾਂ ਦੀ ਤਾਰੀਫ ਕੀਤੀ ਸੀ ਕਿ ਮਾਨ ਸਾਹਿਬ ਤੋਂ ਬੜੀਆਂ ਆਸਾਂ ਨੇ, ਕਿਉਂਕਿ ਇੱਕ ਮੈਂ ਕਾਂਗਰਸ ਪਾਰਟੀ ਜੇ ਕੌਮੀ ਪਾਰਟੀ ਇਹਦੀ ਇਹਦੇ ਵਿੱਚ ਇਹਦੀਆਂ ਕੋਈ ਸੀਮਤਾਵਾਂ ਹੁੰਦੀਆਂ ਨੇ, ਲੇਕਿਨ ਉਹਨਾਂ ਦੇ ਲਈ ਕੋਈ ਸੀਮਾਵਾਂ ਨਹੀਂ ਹੈਗੀਆਂ, ਉਹ ਖੁੱਲ੍ਹ ਕੇ ਗੱਲ ਪੰਥਕ ਮੁੱਦੇ ਚੁੱਕ ਸਕਦੇ, ਇਹਦਾਂ ਦੀ ਗੱਲਾਂ ਕੀਤੀਆਂ ਸੀ। ਇੱਕੋ ਚਿਹਰਾ ਵੀ ਹੈਗਾ ਵੀ ਜਿਹੜਾ ਪੰਥਕ ਅਪੀਲ ਵੀ ਕਰਦਾ, ਦੂਜਾ ਆਪ ਦੇ ਵਿਰੁੱਧ ਜਿਹੜੀ ਇੱਕ ਅਸੰਤੁਸ਼ਟੀ ਪੈਦਾ ਹੋਈ ਹੋਈ ਹੈ ਆ 2-2.5 ਸਾਲ ਦੇ ਵਿੱਚ, ਉਹਨੂੰ ਵੀ ਉਹ ਕਵਰ ਕਰ ਸਕਦੇ ਨੇ। ਮੇਰੇ ਖਿਆਲ ਕਾਂਗਰਸ ਪਾਰਟੀ ਦੀ ਇਸ ਕਰਕੇ ਸ਼ਾਇਦ ਉਹਨਾਂ ਨੇ ਸੁਖਪਾਲ ਸਿੰਘ ਖਹਿਰੇ ਨੂੰ ਚੁਣਿਆ ਸੀ। ਪਰ ਸੁਖਪਾਲ ਖਹਿਰਾ ਜਿਨ੍ਹਾਂ ਦੀ ਆਪਾਂ ਇਸ ਵੇਲੇ ਚਰਚਾ ਕਰ ਰਹੇ ਹਾਂ, ਕਿਉਂਕਿ ਹਲਕੇ ਸੰਗਰੂਰ ਦੀ ਆਪਾਂ ਚਰਚਾ ਕਰ ਰਹੇ ਹਾਂ, ਤੇ ਸਿਮਰਨਜੀਤ ਸਿੰਘ ਮਾਨ ਖੁਦ ਮੈਦਾਨ ਦੇ ਵਿੱਚ ਨੇ, ਇਹਨਾਂ ਨੇ ਤਾਰੀਫ ਕੀਤੀ ਸੀਗੀ ਬਾਈ ਇਲੈਕਸ਼ਨ ਜਦੋਂ ਉਹਨਾਂ ਨੇ ਜਿੱਤੇ ਸੀਗੇ, ਪਰ ਹੁਣ ਤਾਂ ਇਹ ਆਹਮੋ ਸਾਹਮਣੇ ਨੇ ਉੱਥੇ ਵੀ, ਤੇ ਹੁਣ ਇੱਕ ਪਾਸੇ ਤਾਂ ਗੋਲਡੀ ਨਾਰਾਜ਼ ਨੇ, ਦੂਜੇ ਪਾਸੇ ਜਿਨ੍ਹਾਂ ਦੀ ਇਹ ਤਾਰੀਫ ਕਰ ਰਹੇ ਸੀਗੇ, ਜਿਨ੍ਹਾਂ ਦਾ ਇਹਨਾਂ ਨੂੰ ਸਾਥ ਮਿਲਣ ਦੀ ਉਮੀਦ ਸੀਗੀ, ਉਹ ਖੁਦ ਮੈਦਾਨ ਦੇ ਵਿੱਚ ਨੇ। ਸੋ ਮੈਨੂੰ ਲੱਗਦਾ ਵੀ ਸੁਖਪਾਲ ਸਿੰਘ ਖਹਿਰਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵਧਣਗੀਆਂ ਦਿਨ ਪ ਦਿਨ, ਜੇ ਕਿਤੇ ਦਲਬੀਰ ਗੋਲਡੀ ਨੇ ਕੋਈ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਲਈ। ਦੇਖੋ ਪਾਰਟੀ ਜੁਆਇਨ ਕਰਨਗੇ ਕਰਨਗੇ, ਉਹ ਸਦਾ ਅੱਜ ਕਰ ਲੈਣ ਜਾਂ ਕੱਲ ਕਰ ਲੈਣ, ਤੇ ਜਦੋਂ ਕੋਈ ਇੱਕ ਬੰਦਾ ਉਸ ਪਾਰਟੀ ਚੋਂ ਨਿਕਲਦਾ ਹੈਗਾ ਵਾ ਤਾਂ ਉਸ ਉਹਦੇ ਲਈ ਉਸ ਪਾਰਟੀ ਲਈ ਚੁਣੌਤੀ ਹੁੰਦੀ ਹੈ, ਮਤਲਬ ਉਸ ਪਾਰਟੀ ਦੇ ਕੈਂਡੀਡੇਟ ਲਈ, ਸੁਖਪਾਲ ਖਹਿਰਾ ਦੇ ਲਈ। ਸਿਮਰਨਜੀਤ ਸਿੰਘ ਮਾਨ ਮੈਨੂੰ ਕੋਈ ਸੀਨ ਤਾਂ ਨਹੀਂ ਲੱਗਦੇ ਹੈਗੇ, ਕਿਉਂਕਿ ਸਿਮਰਨਜੀਤ ਸਿੰਘ ਮਾਨ ਉਸ ਸਮੇਂ ਇੱਕ ਖਾਸ ਹਾਲਾਤਾਂ ਵਿੱਚ ਜਿੱਤੇ ਸੀ, ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਇੱਕ ਆਮ ਆਦਮੀ ਪਾਰਟੀ ਦੇ ਬਾਰੇ ਗੁੱਸਾ ਵੀ ਸੀਗਾ, ਦੂਜਾ ਇਹ ਸੀਗਾ ਕਿ ਦੂਜੀਆਂ ਪਾਰਟੀਆਂ ਦੇ ਕੋਈ ਸੋਲਿਡ ਕੈਂਡੀਡੇਟ ਨਹੀਂ ਸੀ। ਸੋਲਿਡ ਕੈਂਡੀਡੇਟ ਦਾ ਮਤਲਬ ਕਿ ਕਾਂਗਰਸ ਦਾ ਵੀ ਕੋਈ ਇੰਨਾ ਕੋਈ ਵੱਡਾ ਚਿਹਰਾ ਨਹੀਂ ਸੀਗਾ, ਆਪ ਨੇ ਜਿਹੜਾ ਚਿਹਰਾ ਦਿੱਤਾ ਸੀ ਉਹ ਵੀ ਕੋਈ ਸੋਲਿਡ ਨਹੀਂ ਸੀ। ਤੁਸੀਂ ਦੇਖਿਆ ਹੋਣਾ ਵੀ ਇੱਕ ਉਹ ਸਰਪੰਚ ਨੂੰ ਜਿਹੜਾ ਹੈਗਾ ਇੱਕ ਉਮੀਦਵਾਰ ਬਣਾ ਦਿੱਤਾ ਸੀਗਾ, ਉਹਦਾ ਕੋਈ ਸ਼ਖਸੀ ਆਧਾਰ ਨਹੀਂ ਸੀ ਕਿਉਂਕਿ ਆਪ ਮੰਨ ਕੇ ਚੱਲਦੀ ਸੀ ਵੀ ਜਿਹਨੂੰ ਮਰਜ਼ੀ ਟਿਕਟ ਦੇ ਦਿਓ ਉਹਨੇ ਜਿੱਤ ਹੀ ਜਾਣਾ ਹੈਗਾ, ਉਹਨੇ ਉਹ ਗੱਲ ਨਹੀਂ ਹੋਈ। ਇਹਦੇ ਨਾਲ ਹੀ ਅਕਾਲੀ ਦਲ ਨੇ ਜਿਹੜਾ ਹੈਗਾ ਰਾਜੋਆਣੇ ਦੀ ਭੈਣ ਨੂੰ ਟਿਕਟ ਦਿੱਤੀ ਸੀ, ਭਾਵੇਂ ਕਿ ਉਹਨੇ ਪੰਥਕ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦਾ ਕੋਈ ਬੇਸ ਨਹੀਂ ਸੀ, ਤੇ ਇੱਥੋਂ ਇਹ ਵੀ ਸਾਬਤ ਹੁੰਦਾ ਕਿ ਰਾਜੋਆਣੇ ਦਾ ਵੀ ਕੋਈ ਉਸ ਤਰ੍ਹਾਂ ਦਾ ਮਾਸ ਬੇਸ ਨਹੀਂ ਹੈਗਾ, ਕਿਉਂਕਿ ਰਾਜੋਆਣੇ ਨੇ ਇਹ ਤੋਂ ਪਹਿਲਾਂ ਵੀ ਅਪੀਲ ਕਰਦਾ ਰਿਹਾ ਜੇ ਆਪਾਂ ਪੁਰਾਣੀਆਂ ਇਲੈਕਸ਼ਨਾਂ 'ਚ ਦੇਖੀਏ ਅਕਾਲੀ ਦਲ ਦੇ ਲਈ, ਪਰ ਉਹ ਗੱਲ ਕੰਮ ਆਈ ਨਹੀਂ, ਅਕਾਲੀ ਦਲ ਨੂੰ ਮੂੰਹ ਦੀ ਖਾਣੀ ਪਈ ਹੈ। ਇਸ ਕਰਕੇ ਜਿਹੜਾ ਇੱਕ ਵੈਕਿਊਮ ਸੀਗਾ ਉਮੀਦਵਾਰਾਂ ਦਾ ਜੀ ਵੈਕਿਊਮ ਸੀਗਾ ਤੇ ਕੁਛ ਇਸ਼ੂ ਇਕੱਠੇ ਹੋ ਗਏ, ਉਹਦੇ ਫਲਸਰੂਪ ਸਿਮਰਨਜੀਤ ਸਿੰਘ ਮਾਨ ਜਿੱਤਦੇ ਨੇ। ਹੁਣ ਉਹ ਹਾਲਾਤਾਂ
ਉਸ ਤਰ੍ਹਾਂ ਦੀਆਂ ਨਹੀਂ ਹੈਗੀਆਂ ਤੇ ਉਹਨਾਂ ਦੀ ਇੱਕ ਮੋਟਾ ਜਿਹਾ ਵੋਟ ਬੈਂਕ ਹੈਗਾ ਜੇ ਆਪਾਂ ਪੁਰਾਣੀ 19 ਦੀ ਇਲੈਕਸ਼ਨ ਦੇਖੀਏ ਹੋਰ ਉਹ 40-45-50 ਹਜ਼ਾਰ ਦਾ ਨਾ ਉਹ ਵੋਟ ਬੈਂਕ ਹੈਗਾ ਇਦੋਂ ਪਹਿਲਾਂ ਜਦੋਂ ਸੰਗਰੂਰ ਤੋਂ ਜਿੱਤੇ ਕੁਝ ਖਾਸ ਹਾਲਾਤਾਂ ਦੇ ਵਿੱਚ ਹੀ ਜਿੱਤੇ ਹੈਗੇ ਨੇ ਸੋ ਇਸ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਉਹਨਾਂ ਦੀ ਸ਼ਾਇਦ ਬਹੁਤੀ ਚਿੰਤਾ ਨਹੀਂ ਸੀ ਉਹਨਾਂ ਦੀ ਹੁਣ ਤਲਵੀਰ ਗੋਲਡੀ ਵਾਲੀ ਇੱਕ ਚੁਣੌਤੀ ਹੈਗੀ ਆ ਉਹ ਚੁਣੌਤੀ ਨੂੰ ਕਿੱਦਾਂ ਉਹਦਾ ਸਾਹਮਣਾ ਕਰਦੇ ਨੇ ਇਹ ਦੇਖਣਾ ਹੋਏਗਾ ਅੱਗੇ ਜਾ ਕੇ ਗੱਲ ਕਰਦੇ ਹਾਂ ਸ਼ਵਿੰਦਰ ਜੀ ਖਡੂਰ ਸਾਹਿਬ ਹਲਕੇ ਦੀ ਉੱਥੇ ਵੀ ਇਸ ਵੇਲੇ ਅੰਮ੍ਰਿਤਪਾਲ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਲਸਾ ਸਿੰਘ ਵਲਟੋਆ ਜਿਹੜੇ ਆ ਇਹਨਾਂ ਦੀਆਂ ਤਲਖੀਆਂ ਵੱਧਦੀਆਂ ਜਾ ਰਹੀਆਂ ਨੇ ਦੂਰੀਆਂ ਵੱਧਦੀਆਂ ਜਾ ਰਹੀਆਂ ਨੇ ਦੋਨੋਂ ਦਾਵਾ ਇਹ ਕਰਦੇ ਆ ਵੀ ਅਸੀਂ ਪੰਥਕ ਹਿੱਤਾਂ ਵਾਸਤੇ ਇਲੈਕਸ਼ਨ ਲੜ ਰਹੇ ਹਾਂ ਉਹ ਸਾਰੀ ਸੀਨ ਨੂੰ ਕਿੱਦਾਂ ਦੇਖਦੇ ਹੋ ਇੱਕ ਤਾਂ ਬੜਾ ਇਹ ਜਿਹੜਾ ਨਾ ਇਹ ਦਾਅਵੇਦਾਰੀ ਆ ਵੀ ਅਸੀਂ ਪੰਥਕ ਹਿੱਤਾਂ ਲਈ ਲੜ ਰਹੇ ਹਾਂ ਤੇ ਇਸ ਲਈ ਤੂੰ ਮੇਰੇ ਵਿਰੁੱਧ ਨਾ ਖੜਾ ਹੋ ਮੈਂ ਤੇਰੇ ਵਿਰੁੱਧ ਨਾ ਖੜਾ ਹੋ ਗਿਆ ਬਹੁਤ ਮਤਲਬ ਬੇਸਿਰ ਪੈਰ ਦੀ ਗੱਲ ਹੈਗੀ ਉਹਦਾ ਕਾਰਨ ਕੀ ਹੈ ਕਿ ਵਿਰਸਾ ਸਿੰਘ ਬਲਟੋਹਾ ਜਿਹੜੇ ਹੈਗੇ ਨੇ ਉਹਨਾਂ ਨੇ ਦੇਖੋ ਉਹਨਾਂ ਦੇ ਘਰੇ ਗਏ ਅੰਮ੍ਰਿਤਪਾਲ ਦੇ ਵੀ ਤੁਸੀਂ ਜੀ ਅੰਮ੍ਰਿਤਪਾਲ ਇਲੈਕਸ਼ਨ ਨਾ ਲੜੇ ਕਿਉਂਕਿ ਮੈਂ ਵੀ ਪੰਥਕ ਚਿਹਰਾ ਹੈਗਾ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਪਰਿਵਾਰ ਕਹਿੰਦਾ ਰਿਹਾ ਵੀ ਜੇ ਤੁਸੀਂ ਇਲੈਕਸ਼ਨ ਲੜੋਗੇ ਅਸੀਂ ਨਹੀਂ ਖੜੇ ਹੋਵਾਂਗੇ ਜਦਕਿ ਉਹਦੇ ਅੰਮ੍ਰਿਤਪਾਲ ਦੇ ਪਿਤਾ ਜੀ ਕਹਿੰਦੇ ਨੇ ਕਿ ਨਹੀਂ ਇਹ ਅਸੀਂ ਇਹੋ ਜਿਹਾ ਕੋਈ ਭਰੋਸਾ ਨਹੀਂ ਦਿੱਤਾ ਸਗੋਂ ਅਕਾਲੀ ਦਲ ਨੂੰ ਚਾਹੀਦਾ ਕਿ ਨਾ ਖੜਾ ਹੋਵੇ ਇਦੋਂ ਪਹਿਲਾਂ ਰਾਜਦੇਵ ਖਾਲਸਾ ਜਿਹੜੇ ਕਿ ਅਕਾਲੀ ਦਲ ਦੇ ਆਪਣਾ ਅੰਮ੍ਰਿਤਪਾਲ ਦੇ ਵਕੀਲ ਮੰਨੇ ਜਾਂਦੇ ਨੇ ਉਹਨਾਂ ਨੇ ਕਈ ਸਾਰੇ ਰੰਗ ਬਦਲੇ ਨੇ ਕਈ ਸਾਰੀਆਂ ਪਾਰਟੀਆਂ ਬਦਲੀਆਂ ਨੇ ਉਹਨਾਂ ਨੇ ਅਕਾਲੀ ਦਲ ਨਾਲ ਕੋਸ਼ਿਸ਼ ਵੀ ਕੀਤੀ ਸੀ ਗੱਠਜੋੜ ਹੋ ਜਾਵੇ ਵੀ ਇੱਥੋਂ ਇਸ ਸੀਟ ਉੱਤੋਂ ਦੇਖੋ ਪਹਿਲਾਂ ਵੱਡੀ ਦਿੱਕਤ ਕੀ ਹੈ ਪਹਿਲਾਂ ਤਾਂ ਸਵਾਲ ਤਾਂ ਇਹੀ ਹੈ ਕਿ ਤੁਹਾਡੀਆਂ ਧਰਾਵਾਂ ਅਲੱਗ ਅਲੱਗ ਆ ਅਕਾਲੀ ਦਲ ਜਿਹੜਾ ਹੈਗਾ ਵਾ ਪੰਥਕ ਪਾਰਟੀ ਬੇਸ਼ੱਕ ਕਹਾਉਂਦਾ ਹੋਵੇ ਪਰ ਉਹ ਮੇਨ ਸਟ੍ਰੀਮ ਸਿਆਸਤ ਨਾਲ ਜੁੜਿਆ ਹੋਇਆ ਹੈਗਾ ਉਹ ਸੱਤਾ ਭੋਗਦਾ ਵਾ ਉਹਦੇ ਲਈ ਹੁਣ ਵਿਚਾਰਧਾਰਾ ਵੀ ਕੋਈ ਬਹੁਤੀ ਮਾਇਨੇ ਨਹੀਂ ਰਹਿੰਦੀ ਹੈਗੀ ਇਸ ਕਰਕੇ ਉਹ ਇੱਕ ਵੱਖਰੀ ਧਾਰਾ ਹੈਗੀ ਆ ਤੁਸੀਂ ਅੰਮ੍ਰਿਤਪਾਲ ਵਾਲੀ ਧਾਰਾ ਇੱਕ ਵੱਖਰੀ ਧਾਰਾ ਹੈਗੀ ਆ ਕਿਉਂਕਿ ਤੁਸੀਂ ਖਾਲਿਸਤਾਨ ਤੋਂ ਸ਼ੁਰੂ ਹੋਏ ਸੀ ਹੁਣ ਜਾ ਕੇ ਤੁਸੀਂ ਜਿਹੜਾ ਹੈਗਾ ਇਲੈਕਸ਼ਨ ਪ੍ਰੋਸੈਸ ਵਿੱਚ ਆ ਗਏ ਮਤਲਬ ਤੁਸੀਂ ਤੁਹਾਡੀ ਅਕਾਲੀ ਦਲ ਨਾਲੋਂ ਇੱਕ ਵੱਖਰੀ ਧਾਰਾ ਹੈਗੀ ਆ ਇਹ ਐਂ ਨਹੀਂ ਨਾ ਹੁੰਦਾ ਕਿ ਜੇ ਤੁਹਾਡੀਆਂ ਧਾਰਾਵਾਂ ਵੱਖਰੀਆਂ ਵੀ ਤੁਸੀਂ ਇੱਕ ਦੂਜੇ ਨੂੰ ਕਹੋ ਮੇਰੇ ਲਈ ਸੀਟ ਛੱਡ ਦਿਓ ਇੱਦਾਂ ਥੋੜਾ ਹੁੰਦਾ ਹੁੰਦਾ ਕਿਉਂਕਿ ਇਹਦਾ ਮਤਲਬ ਇਹ ਹੈਗਾ ਵੀ ਤੁਹਾਡੀ ਕੀ ਲੜਾਈ ਸਿਰਫ ਚੋਣਾਂ ਜਿੱਤਣ ਤੱਕ ਹੀ ਹੈ ਇਹ ਸਵਾਲ ਅੰਮ੍ਰਿਤਪਾਲ ਤੇ ਵੀ ਉਹਨਾਂ ਲਾਗੂ ਹੁੰਦਾ ਬਿਰਸਾ ਬਲਟੋਹੇ ਤੇ ਵੀ ਲਾਗੂ ਹੁੰਦਾ ਜੇ ਅੰਮ੍ਰਿਤਪਾਲ ਤੇ ਵੱਧ ਲਾਗੂ ਹੁੰਦਾ ਕਿਉਂਕਿ ਬਿਰਸਾ ਬਲਟੋਹਾ ਤਾਂ ਉਸ ਧਿਰ ਦੇ ਨਾਲ ਜੁੜੇ ਹੋਏ ਨੇ ਜਿਹੜੀ ਇੱਦਾਂ ਦੀ ਕੰਪਰੋਮਾਈਜ਼ ਕਰਦੀ ਰਹਿੰਦੀ ਹੈ ਅੰਮ੍ਰਿਤਪਾਲ ਤੇ ਇਸ ਲਈ ਸਵਾਲ ਹੁੰਦਾ ਵੀ ਤੁਸੀਂ ਜਦੋਂ ਆਏ ਸੀਗੇ ਤੁਸੀਂ ਕਹਿੰਦੇ ਸੀ ਕਿ ਸਾਡੀ ਮੈਂ ਇੱਕ ਵੱਖਰੀ ਜਿਹੜਾ ਪੰਥਕ ਵੈਕਿਊਮ ਆ ਉਹਨੂੰ ਭਰਨ ਆਇਆ ਹੈਗਾ ਇਹਦੇ ਲਈ ਪਹਿਲਾਂ ਤਾਂ ਖਾਲਿਸਤਾਨੀ ਰਾਹ ਹੈਗਾ ਇਦੋਂ ਥੱਲੇ ਅਸੀਂ ਜਾਣਾ ਹੀ ਨਹੀਂ ਹੈਗਾ ਇਹ ਚੋਣਾਂ 'ਚ ਲੜਨ ਨਾਲ ਕੁਛ ਨਹੀਂ ਹੁੰਦਾ ਇਹ ਤਾਂ ਜਿਹੜਾ ਹੈਗੇ ਆ ਸਥਾਪਤੀ ਪੱਖੀ ਲੋਕ ਲੜਦੇ ਹੁੰਦੇ ਹੈਗੇ ਨੇ ਇਹ ਤਾਂ ਇੰਡੀਅਨ ਸਟੇਟ ਦੇ ਏਜੰਟ ਹੁੰਦੇ ਨੇ ਜਾਂ ਫਿਰ ਇੱਦਾਂ ਕਹਿਣਾ ਕਿ ਦੇਖੋ ਜੀ ਆਹ ਜਿਹੜੇ ਸੰਘਰਸ਼ ਆ ਪ੍ਰੋਟੈਸਟ ਕਰਨੇ ਵੀ ਗਲਤ ਹੁੰਦੇ ਨੇ ਪ੍ਰੋਟੈਸਟ ਕਰਨ ਨਾਲ ਕੁਛ ਨਹੀਂ ਹੁੰਦਾ ਸਿੱਧਾ ਹਿੱਕ ਦੇ ਵਿੱਚ ਵੱਜੋ ਇਹ ਕਰਦੇ ਕਰਦੇ ਹੁਣ ਤੁਸੀਂ ਪ੍ਰੋਟੈਸਟ ਅਲੀ ਸ਼ਵਿੰਦਰ ਜੀ ਇੱਕ ਸਵਾਲ ਮੇਰੇ ਮਨ 'ਚ ਹੋਰ ਆ ਸੁਖਬੀਰ ਬਾਦਲ ਵੀ ਇਹੀ ਗੱਲ ਕਹਿ ਰਿਹਾ ਵੀ ਇਹ ਜੋ ਕੁਝ ਹੋ ਰਿਹਾ ਇਹ ਏਜੰਸੀਆਂ ਕਰਵਾ ਰਹੀਆਂ ਨੇ ਤੇ ਸੁਖਬੀਰ ਬਾਦਲ ਦਾ ਇਹ ਇਲਜ਼ਾਮ ਕਿੰਨਾ ਕੁ ਜਾਇਜ਼ ਆ ਜਾਂ ਉਹਨਾਂ ਨੂੰ ਇਦਾਂ ਲੱਗਦਾ ਹੈ ਤੇ ਜਾਂ ਉਹਨਾਂ ਦੇ ਕੋਲ ਕੋਈ ਪੁਖਤਾ ਸਬੂਤ ਆ ਦੋ ਚੀਜ਼ਾਂ ਨੇ ਦੇਖੋ ਸੁਖਬੀਰ ਬਾਦਲ ਹੋਰ ਪ੍ਰਸੰਗ ਵਿੱਚ ਕਹਿ ਰਹੇ ਨੇ ਸੁਖਬੀਰ ਬਾਦਲ ਨੂੰ ਮੈਂ ਬਾਅਦ 'ਚ ਐਡਰੈਸ ਕਰਦਾ ਪਹਿਲਾਂ ਅੰਮ੍ਰਿਤਪਾਲ ਵਾਲਾ ਐਡਰੈਸ ਕਰ ਲਈਏ ਵੀ ਜਦੋਂ ਅੰਮ੍ਰਿਤਪਾਲ ਵਾਲੇ ਮੈਂ ਕਹਿਣਾ ਚਾਹੁੰਦਾ ਸੀ ਵੀ ਜਦੋਂ ਤੁਸੀਂ ਤੁਹਾਡੇ ਇੰਨਾ ਵਿਚਾਰਧਾਰਕ ਵੱਖਰੇ ਵਾਂ ਫਿਰ ਤੁਸੀਂ ਕਿਉਂ ਅਕਾਲੀ ਦਲ ਨੂੰ ਵੀ ਸੀਟ ਮੰਗ ਰਹੇ ਹੋ ਚੋਣਾਂ ਇਕੱਲੇ ਜਿੱਤਣ ਲਈ ਨਹੀਂ ਹੁੰਦੀਆਂ ਨਾ ਚੋਣਾਂ ਲੜ ਕੇ ਤੁਸੀਂ ਲੋਕਾਂ ਨੂੰ ਲਾਮਬੰਦ ਵੀ ਕਰਨਾ ਹੁੰਦਾ ਲੋਕਾਂ ਨਾਲ ਜੁੜਨਾ ਹੁੰਦਾ ਕਿ ਲੋਕਾਂ ਨਾਲ ਜੁੜਨ ਦਾ ਪ੍ਰੋਸੈਸ ਹੁੰਦਾ ਨਹੀਂ ਨਹੀਂ ਜਿੱਤੇ ਨਾ ਸਹੀ ਇਹਦਾ ਮਤਲਬ ਜੇ ਤੁਹਾਨੂੰ ਚੋਣਾਂ 'ਚ ਜਿੱਤਣ ਲਈ ਤੁਹਾਨੂੰ ਅਕਾਲੀ ਦਲ ਨਾਲ ਗੱਲ ਤੁਸੀਂ ਕਹਿੰਦੇ ਵੀ ਸੀਟ ਛੱਡੇ ਫਿਰ ਤਾਂ ਕੱਲ੍ਹ ਨੂੰ ਕਾਂਗਰਸ ਵੀ ਉਹੋ ਜਿਹੀ ਅਕਾਲੀ ਦਲ ਅਤੇ ਕਾਂਗਰਸ ਇੱਕੋ ਹੀ ਇੱਕ ਹੈਗੇ ਨੇ ਇਹਦਾ ਫਿਰ ਇਹਦਾ ਮਤਲਬ ਹੈਗਾ ਵੀ ਤੁਹਾਡਾ ਜਿਹੜਾ ਏਮ ਸਿਰਫ ਅਤੇ ਸਿਰਫ ਏਜੰਡਾ ਲੋਕ ਸਭਾ ਤੱਕ ਪਹੁੰਚਣ ਤੱਕ ਹੀ ਹੈਗਾ ਵਾ ਹੋਰ ਕੋਈ ਵੱਡਾ ਏਜੰਡਾ ਨਹੀਂ ਇਸ ਲਈ ਦੋ ਵੱਖਰੀਆਂ ਧਰਾਵਾਂ ਵਾਲੇ
ਬੰਦੇ ਹੋ ਕੇ ਤੁਹਾਨੂੰ ਤੁਸੀਂ ਕਿਉਂ ਇੱਕ ਦੂਜੇ ਤੋਂ ਇਹ ਆਸ ਕਰਦੇ ਹੋ ਕਿ ਤੁਹਾਨੂੰ ਸੀਟ ਛੱਡੀ ਜਾਵੇ? ਹੁਣ ਆ ਗਿਆ ਸੁਖਬੀਰ ਬਾਦਲ ਦਾ। ਸੁਖਬੀਰ ਬਾਦਲ ਨੇ ਤਾਂ ਇਸ ਪ੍ਰਸੰਗ 'ਚ ਕਿਹਾ ਵੀ ਜਿਹੜਾ ਆਨੰਦਗੜ੍ਹ ਵਗੈਰਾ ਬੰਦੇ ਨੇ ਇਹ ਬੀਜੇਪੀ ਦੇ ਨੇੜੇ ਨੇ, ਇਹਨਾਂ ਨੇ ਪਹਿਲਾਂ ਆ ਕੇ ਜਿਹੜਾ ਕਹਾਣੀ ਖਰਾਬ ਕੀਤੀ ਹੈ। ਦੇਖੋ ਬਲਵੰਤ ਸਿੰਘ ਆਨੰਦਗੜ੍ਹ ਵਰਗੇ ਬੰਦੇ ਸ਼ੱਕੀ, ਬਿਲਕੁਲ ਸ਼ੱਕੀ ਨੇ, ਕੋਈ ਦੋ ਰਾਏ ਨਹੀਂ ਹੈਗਾ। ਡੇਰਾ ਸਿਰਸਾ ਦੇ ਵੇਲੇ ਵੀ ਇਹਨਾਂ ਦੀ ਭੂਮਿਕਾ ਲੱਗ ਰਹੀ ਹੈ। ਜਦੋਂ ਇਹ ਅਕਾਲੀ ਦਲ ਦੇ ਵੱਲ ਹੁੰਦੇ ਸੀਗੇ, ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਲੜੇ ਸੀ 90ਵਿਆਂ ਦੇ ਸ਼ੁਰੂਆਤ ਦੀ ਗੱਲ ਕਰਦਾ, ਇਹ ਖੁਦ ਸਰਸੇ ਵਾਲੇ ਦੀਆਂ ਵੋਟਾਂ ਨਾਲ ਜਿੱਦਾਂ ਰਿਹਾ 90ਵਿਆਂ ਦੇ ਵਿੱਚ। ਉਹਦੇ ਕਈ ਸਬੂਤ ਵੀ ਨੇ, ਲਿਖ ਕੇ ਰਿਪੋਰਟਾਂ ਆਈਆਂ ਸੀ, ਇਹ ਖੁਦ ਵੀ ਇੱਕ ਦੋ ਵਾਰ ਮੰਨੇ ਹੈਗੇ ਨੇ। ਫਿਰ ਜਦੋਂ ਆ ਸਰਸੇ ਵਾਲਾ ਵਿਵਾਦ ਹੋਇਆ, ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਜਿਹੜਾ ਸਰਸੇ ਵਾਲੇ ਦਾ ਸਿਰ ਕੱਢ ਕੇ ਲੈ ਕੇ ਵੱਢ ਕੇ ਲੈ ਕੇ ਉਹ 1,000 ਰੁਪਇਆ ਦਿੱਤਾ ਜਾਊਗਾ। ਫਿਰ ਸਮੇਂ ਸਮੇਂ ਤੇ ਬੀਜੇਪੀ ਵੱਲ ਵੀ ਹੋਏ ਨੇ। ਮਸਲਾ ਇਹ ਹੈਗਾ ਕਿ ਸੁਖਬੀਰ ਬਾਦਲ ਨੂੰ ਅੱਜ ਏਜੰਸੀਆਂ ਯਾਦ ਆ ਰਹੀਆਂ ਨੇ, ਅੱਜ ਉਹਨਾਂ ਨੂੰ ਬਲਵੰਤ ਆਨੰਦਗੜ੍ਹ ਦੇ ਉੱਤੇ ਸ਼ੱਕ ਹੋ ਰਿਹਾ, ਪਰ ਬੀਜੇਪੀ ਨੇ ਵੀ ਆਪਣਾ ਆਪਣਾ ਸੁਖਬੀਰ ਬਾਦਲ ਨੇ ਵੀ ਸੱਤਾ ਬੀਜੇਪੀ ਨਾਲ ਭੋਗੀ ਆ। ਏਜੰਸੀਆਂ ਵਾਲੇ ਮਾਮਲੇ ਉਦੋਂ ਵੀ ਚੱਲਦੇ ਹੁੰਦੇ ਸੀ, ਕਿਉਂਕਿ ਈਵਨ ਜਿਹੜਾ ਬੇਅਦਬੀ ਦਾ ਕਾਂਡ ਹੋਇਆ, ਬੇਅਦਬੀ ਕਾਂਡ ਵਿੱਚ ਵੀ ਇਹ ਸਭ ਤੋਂ ਵੱਡਾ ਦੋਸ਼ ਤਾਂ ਇਹੀ ਹੈ ਵੀ ਇਹਦੇ ਵਿੱਚ ਸ਼ਾਇਦ ਸੈਂਟਰ ਵੀ ਇਨਵੋਲਵ ਸੀਗਾ, ਵੀ ਉਹ ਪੰਜਾਬ ਦੇ ਵਿੱਚ ਉਸ ਸਮੇਂ ਬਾਦਲ ਬਲਜੀਤ ਸਿੰਘ ਦਾਦੂਵਾਲ ਦੇ ਵੀ ਇਲਜ਼ਾਮ ਲਗਾਏ, ਕਹਿੰਦੇ ਭਾਜਪਾ ਦੇ ਨਾਲ ਮਿਲ ਗਏ ਹੋਏ। ਹਾਂ, ਦਾਦੂਵਾਲ ਵੀ ਉਹੀ ਉਹੀ ਚੀਜ਼ ਸੀ ਨਾ, ਦਾਦੂਵਾਲ ਦੇ ਪਹਿਲਾਂ ਕਈ ਚਿਹਰੇ ਰਹੇ ਨੇ। ਦਾਦੂਵਾਲ ਪਹਿਲਾਂ ਅਕਾਲੀ ਦਲ ਨਾਲ ਰਿਹਾ, ਬੀਜੇਪੀ ਦੇ ਨੇੜੇ ਰਿਹਾ, ਕਦੇ ਉਹ ਆਪਣੇ ਕਈ ਸਾਰੇ ਰੂਪ ਲੈਂਦੇ ਰਹੇ, ਪਰ ਉਦੋਂ ਵੀ ਉਹਨਾਂ ਦਾ ਕੈਰੈਕਟਰ ਕੋਈ ਵੱਖਰਾ ਨਹੀਂ ਸੀਗਾ। ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲਾਂ ਅੱਜ ਹੀ ਕਿਉਂ ਚੇਤੇ ਆ ਰਹੀਆਂ? ਸਭ ਤੋਂ ਵੱਡਾ ਸਵਾਲ ਤਾਂ ਸੁਖਬੀਰ ਬਾਦਲ ਨੂੰ ਵੀ ਦੇਣਾ ਪਏਗਾ। ਉਹ ਜਵਾਬ ਇਹ ਹੈਗਾ, ਤੁਸੀਂ ਸੱਤਾ ਭੋਗੀ ਹੈ, ਉਦੋਂ ਤੁਸੀਂ ਜਿਹੜਾ ਹੈਗਾ ਤੁਹਾਡੇ ਰਾਜ ਵਿੱਚ ਹੀ ਬੇਅਦਬੀ ਵਾਲਾ ਮਾਮਲਾ ਹੋਇਆ, ਤੁਹਾਡੇ ਰਾਜ ਵਿੱਚ ਹੀ ਤੁਸੀਂ ਜਿਹੜਾ ਪੁਲਿਸ ਦੀ ਭੂਮਿਕਾ ਰਹੀ ਉਹ ਤੁਹਾਡੇ ਇਸ਼ਾਰੇ ਤੇ ਉੱਤੇ ਹੋਈ ਹੈ। ਹੁਣ ਉਹਦੇ ਬਾਰੇ ਤਾਂ ਜਸਟਿਸ ਜੋਨੀ ਦੀ ਕਿਤਾਬ ਆ ਚੁੱਕੀ ਹੈ, ਹੋਰ ਕੁਛ ਕਿਤਾਬਾਂ ਆ ਚੁੱਕੀਆਂ ਨੇ ਜਿਹੜੇ ਕਿ ਬੀਜੇਪੀ ਉੱਤੇ ਵੀ ਉਹਨੇ ਸਵਾਲ ਖੜੇ ਕਰਦੇ ਨੇ ਤੇ ਅਕਾਲੀ ਦਲ ਉੱਤੇ ਵੀ। ਸੁਖਬੀਰ ਸਿੰਘ ਬਾਦਲ ਉਹ ਤੋਂ ਬਚ ਨਹੀਂ ਸਕਦੇ ਜੀ। ਕਿਤੇ ਮੈਂ ਕਿਹਾ ਏਦਾਂ ਤੇ ਨੀ ਵੀ ਸਿੱਖਾਂ ਦੇ ਮਨਾਂ ਦੇ ਵਿੱਚ ਨਾ ਇੱਕ ਨਾਮ ਵਸਿਆ ਹੋਇਆ ਵੀ ਏਜੰਸੀਆਂ ਨੇ ਕਰਵਾਇਆ, ਏਜੰਸੀਆਂ ਇਦਾਂ ਕਰਾਉਂਦੀਆਂ ਨੇ। ਕਿਤੇ ਸੁਖਬੀਰ ਬਾਦਲ ਇਹ ਏਜੰਸੀਆਂ ਵਾਲਾ ਜਿਹੜਾ ਸ਼ਬਦ ਵਰਤ ਕੇ ਇਹ ਸਿੱਖਾਂ ਦੇ ਵੋਟਰਾਂ ਦੇ ਮਨਾਂ ਚ ਵੜਨ ਦੀ ਕੋਸ਼ਿਸ਼ ਕਰ ਰਹੇ ਆ, ਉਸ ਤਰ੍ਹਾਂ ਦਾ ਕੁਛ ਕਰਨਾ ਚਾਹੁੰਦੇ ਆ? ਦੇਖੋ, ਏਜੰਸੀਆਂ ਇੱਕ ਤਰ੍ਹਾਂ ਦੀਆਂ ਨਹੀਂ ਹੁੰਦੀਆਂ, ਏਜੰਸੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ। ਜੋ ਆਪਾਂ ਏਜੰਸੀਆਂ ਕਹਿੰਦੇ ਆ ਨਾ, ਏਜੰਸੀਆਂ ਇੱਕ ਤਾਂ ਸੈਂਟਰਲ ਏਜੰਸੀਆਂ ਹੁੰਦੀਆਂ, ਇੱਕ ਸ਼ਿਵਿੰਦਰ ਜੀ ਆਮ ਭਾਸ਼ਾ ਚ ਨਾ ਸਿੱਖਾਂ ਦੇ ਪਰਿਵਾਰਾਂ ਦੇ ਵਿੱਚ ਇਹ ਗੱਲ ਬੜੀ ਚੱਲਦੀ ਆ ਵੀ ਇਹ ਏਜੰਸੀਆਂ ਦਾ ਕੰਮ ਹੋ ਸਕਦਾ, ਇਹ ਏਜੰਸੀਆਂ ਦਾ ਇਹਦੇ ਮਗਰ ਨਾ ਲੱਗੂ। ਇਹ ਜਿਹੜਾ ਇਹ ਬੜਾ ਮਤਲਬ ਉਹ ਇੱਕ ਡਰਾਵਣਾ ਜਿਹਾ ਸ਼ਬਦ ਆ ਵੀ ਏਜੰਸੀ, ਮੈਂ ਉਹ ਡਰਾਉਣੇ ਸ਼ਬਦ ਨੂੰ ਥੋੜਾ ਖੋਲਣ ਲੱਗਿਆ ਵੀ ਏਜੰਸੀ ਹੁੰਦੀ ਕੀ ਹੈ। ਏਜੰਸੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ, ਸੈਂਟਰ ਸਰਕਾਰ ਦੀਆਂ ਏਜੰਸੀਆਂ ਹੁੰਦੀਆਂ ਨੇ, ਉਹਦੇ ਵਿੱਚ ਥੋੜਾ ਰੱਖਿਆ ਮਹਿਕਮਾ ਹੋਰ ਸਭ ਦੀਆਂ ਜੋ ਕਿ ਸਟੇਟ ਦੇ ਅੰਡਰ ਹੁੰਦੀਆਂ ਨੇ। ਏਜੰਸੀਆਂ ਕਿਸੇ ਫੋਰਨ ਮੁਲਕ ਦੀਆਂ ਵੀ ਹੋ ਸਕਦੀਆਂ ਹੈਗੀਆਂ ਨੇ, ਏਜੰਸੀਆਂ ਕਿਸੇ ਇੱਕ ਪਾਰਟੀ ਸੱਤਾਧਾਰੀ ਧਿਰ ਦੀਆਂ ਵੀ ਹੋ ਸਕਦੀਆਂ ਨੇ, ਕਿਸੇ ਬਾਗੀ ਸੰਗਠਨ ਦੀਆਂ ਵੀ ਹੋ ਸਕਦੀਆਂ। ਜਦੋਂ ਸਿੱਖ ਭਾਈਚਾਰਾ ਏਜੰਸੀਆਂ ਦੀ ਗੱਲ ਕਰਦਾ, ਉਹ ਸੈਂਟਰ ਏਜੰਸੀਆਂ ਦੀ ਗੱਲ ਕਰਦਾ ਹੁੰਦਾ, ਸਟੇਟ ਦੀਆਂ ਏਜੰਸੀਆਂ ਦੀ ਗੱਲ ਕਰਦਾ ਹੁੰਦਾ। ਤੇ ਮਸਲਾ ਹੈਗਾ ਵੀ ਨੋ ਡਾਊਟ ਬੇਅਦਬੀ ਵਾਲਾ ਮਾਮਲਾ ਸੱਚੀ ਮੁੱਚੀ ਹੀ ਕਿਸੇ ਏਜੰਸੀ ਦਾ ਕੰਮ ਹੈਗਾ ਇਹਦੇ, ਕਿਉਂਕਿ ਜੋਰਾ ਸਿੰਘ ਮਾਨ ਦੀ ਜਿਹੜੀ ਰਿਪੋਰਟ ਆਈ ਹੈ ਉਹ ਤਾਂ ਕਿਤਾਬ 'ਚ ਵੀ ਬਣ ਕੇ ਆਪਣੇ ਕੋਲ ਆ ਗਿਆ, ਤੇ ਕਿਤਾਬ ਦੇ ਰੂਪ 'ਚ ਵੱਡੀ ਸਾਰੀ ਰਿਪੋਰਟ ਹੈ ਉਹ ਮੈਂ ਪੜ੍ਹੀ ਹੋਈ ਆ, ਅੰਗਰੇਜ਼ੀ ਪੰਜਾਬੀ 'ਚ ਵੀ ਮਿਲ ਜਾਂਦੀ ਆ ਹੁਣ ਤਾਂ ਉਹ। ਤੇ ਇਸੇ ਢੰਗ ਦੇ ਨਾਲ ਹੀ ਕੁਛ ਹੋਰ ਇਸ ਤਰ੍ਹਾਂ ਦੀ ਰਿਪੋਰਟਸ ਆਈਆਂ, ਪਰ ਉਹ ਰਿਪੋਰਟਾਂ ਦੇ ਵਿੱਚ ਬੀਜੇਪੀ ਦੀ ਭੂਮਿਕਾ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ, ਅਕਾਲੀ ਦਲ ਦੀ ਭੂਮਿਕਾ 'ਤੇ ਵੀ ਸਵਾਲ ਖੜੇ ਹੁੰਦੇ ਆ। ਹੁਣ ਮਸਲਾ ਇਹ ਹੈਗਾ ਕਿ ਇਹ ਜਿਹੜਾ ਏਜੰਸੀਆਂ ਵਾਲਾ ਰੌਲਾ ਵਾ, ਜਿਹੜੀ ਦਲੀਲ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਉਹਦਾ ਨੈਤਿਕ ਹੱਕ ਹੈ ਕਿ ਦੇਣ ਦਾ ਕਿ ਨਹੀਂ ਹੈ, ਇਹ ਸਵਾਲ ਵੱਡਾ ਜੀ। ਇਹਦੇ ਨਾਲ ਹੀ ਸ਼ਿਵਿੰਦਰ ਜੀ ਏਜੰਸੀਆਂ ਅਮਰੀਕਾ ਦੀਆਂ ਦਾਅਵਾ ਕਰਦੀਆਂ ਨੇ ਵੀ ਜਿਹੜਾ ਗੁਰਪਤਵੰਤ ਸਿੰਘ ਪੰਨੂ ਦੀ ਜਿਹੜੀ ਇੱਕ ਕਿਲਿੰਗ ਕਰਾਉਣ ਲੱਗੇ ਸੀ, ਸਾਜਿਸ਼ ਇੱਕ ਰਚ ਰਹੇ ਸੀ, ਉਹਦੇ ਵਿੱਚ ਕਹਿੰਦੇ ਭਾਰਤ ਦੀਆਂ ਏਜੰਸੀਆਂ ਦੇ ਕੁਝ ਜਿਹੜੇ ਨੁਮਾਇੰਦੇ ਆ ਉਹਨਾਂ ਦੀ ਸ਼ਮੂਲੀਅਤ ਪਾਈ ਗਈ।
ਦੇਖੋ ਇਹ ਤਾਂ ਨਾ ਲਗਾਤਾਰ ਇਸ ਮਾਮਲੇ 'ਚ ਭਾਰਤ ਫਸਦਾ ਜਾ ਰਿਹਾ ਹੈਗਾ। ਉਹਦਾ ਕਾਰਨ ਕੀ ਹੈ ਕਿ ਪਹਿਲਾਂ ਤਾਂ ਪਾਕਿਸਤਾਨ 'ਚ ਪੰਜ ਵੱਟ ਦਾ ਕਤਲ ਹੁੰਦਾ, ਚਲੋ ਉਹਨੂੰ ਤਾਂ ਕੋਈ ਕਹਿ ਸਕਦਾ ਵੀ ਇਹਦੇ ਵਿੱਚ ISI ਵੀ ਇਨਵੋਲਵ ਹੋ ਸਕਦੀ, ਵੀ ISI ਦੇ ਹੁਣ ਇਹ ਬੰਦੇ ਕੰਮ 'ਤੇ ਨਹੀਂ ਰਹੇ ਹੈਗੇ, ਪਰ ਉਹਦੇ ਵਿੱਚ ਵੀ ਸ਼ੱਕ ਭਾਰਤੀ ਏਜੰਸੀਆਂ 'ਤੇ ਵੀ ਜਾਂਦਾ, ਕਿਉਂਕਿ ਇੱਕ ਏਜੰਸੀਆਂ ਇੱਕ ਦੂਜੇ ਦੇ ਮੁਲਕ ਵਿੱਚ ਜਾ ਕੇ ਬੰਦੇ ਐਂ ਮਾਰਦੀਆਂ ਹੈਗੀਆਂ ਨੇ, ਇਹਦੇ ਵਿੱਚ ਨੋ ਡਾਊਟ। ਫਿਰ ਜਦੋਂ ਕੈਨੇਡਾ ਨੇ ਕਿਹਾ ਵੀ ਭਾਈ ਸਾਡਾ ਜਿਹੜਾ ਨਿੱਜਰ ਆ, ਨਿੱਜਰ ਦੇ ਮਾਮਲੇ ਵਿੱਚ ਭਾਰਤੀ ਜਿਹੜੇ ਹੈਗੇ ਆ ਏਜੰਸੀਆਂ ਦਾ ਹੱਥ ਹੈ, ਉਹਨੇ ਦੱਸ ਵੀ ਦਿੱਤਾ, ਭਾਰਤ ਉਹਨੂੰ ਚੰਗੀ ਤਰ੍ਹਾਂ ਰਿਜੈਕਟ ਨਹੀਂ ਕਰ ਸਕਿਆ ਹੈਗਾ। ਐਂ ਕਹੀ ਗਿਆ ਸਾਨੂੰ ਸਬੂਤ ਦਿਓ, ਸਬੂਤ ਦਿਓ, ਕਹਿੰਦੇ ਦੇ ਦਿੰਦੇ ਹੋ ਸਬੂਤ, ਸਬੂਤ ਕੀ ਅਸੀਂ ਦਈਏ? ਤਾਂ ਸਬੂਤ ਜਿਹੜੇ ਅਸੀਂ ਜਿਹੜੇ ਉਹਨਾਂ ਦੇ ਪੰਜ ਮੁਲਕ ਨੇ ਜਿਹਨਾਂ ਨਾਲ ਉਹ ਆਪਸ ਵਿੱਚ ਇਨਫੋਰਮੇਸ਼ਨ ਸਾਂਝੀ ਕਰਦੇ ਆ, ਉਸ ਨੂੰ ਅਸੀਂ ਸਬੂਤ ਦੇ ਦਿੱਤਾ। ਫਿਰ ਉਹ ਤੋਂ ਬਾਅਦ ਅਮਰੀਕਾ ਦਾ ਵੀ ਆ ਗਿਆ ਬਿਆਨ ਵੀ ਇਹ ਕੰਮ ਜਿਹੜਾ ਇੱਥੇ ਵੀ ਗੁਰਪਤ ਬੰਦ ਪੰਨੂ ਦੇ ਮਾਮਲੇ ਵਿੱਚ ਵੀ ਹੋ ਰਿਹਾ। ਹੁਣ ਵਾਸ਼ਿੰਗਟਨ ਪੋਸਟ ਅਖਬਾਰ ਆ, ਬੜਾ ਮਿਆਰੀ ਅਖਬਾਰ ਹੈ USA ਦਾ, ਨਿਊਯਾਰਕ ਟਾਈਮਸ ਅਤੇ ਵਾਸ਼ਿੰਗਟਨ ਪੋਸਟ, ਵਾਸ਼ਿੰਗਟਨ ਪੋਸਟ ਨੇ ਤਾਂ ਉਹਨਾਂ ਬੰਦਿਆਂ ਦੇ ਨਾਂ ਵੀ ਦੱਸ ਦਿੱਤੇ ਵੀ ਭਾਈ ਆਹ ਬੰਦੇ ਸੀਗੇ, ਅਜੀਤ ਡੋਵਾਲ ਦਾ ਨਾਂ ਵੀ ਹੈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਪਤਾ ਸੀਗਾ। ਹੁਣ ਅੱਜ ਜਾ ਕੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੇਖੋ ਜੀ ਇਹ ਜਿਹੜੀ ਖਬਰ ਹੈ ਇਹ ਸਾਰਥਕ ਨਹੀਂ ਹੈਗੀ, ਇਹ ਸਹੀ ਖਬਰ ਨਹੀਂ ਹੈਗੀ, ਪਰ ਉਹ ਤਾਂ ਇਨਵੈਸਟੀਗੇਟਿਵ ਜਰਨਲਿਜ਼ਮ ਕੀਤੀ ਹੋਈ ਆ। ਮੈਂ ਅੱਜ ਹੀ ਸਟੋਰੀ ਪੜ੍ਹੀ ਆ ਪੂਰੀ, ਉਹਦੇ ਵਿੱਚ ਤਾਂ ਕਈ ਤੱਥ ਦਿੱਤੇ ਹੋਏ ਹੈਗੇ ਨੇ ਵੀ ਇੱਦਾਂ ਦਾ ਕਰਕੇ ਆਏ ਸ਼ਮੂਲੀਅਤ ਆ। ਇਹਦੋਂ ਪਹਿਲਾਂ ਵੀ ਉਹਨਾਂ ਨੇ ਰਿਪੋਰਟ ਛਾਪੀ ਸੀ ਵੀ ਕਿਵੇਂ ਇੱਕ ਬੰਦਾ ਕੀਤਾ ਗਿਆ ਮਾਰਨ ਲਈ, ਹਾਇਰ ਕੀਤਾ ਗਿਆ ਉਹਨੂੰ, ਇੰਨੇ ਡਾਲਰ ਦਿੱਤੇ ਗਏ, ਕਿਵੇਂ ਸਾਰਾ ਕੰਮ ਹੋਇਆ। ਹੁਣ ਉਹ ਜਿਹੜੀ ਚੀਜ਼ ਨੂੰ ਭਾਰਤ ਨੇ ਉਦੋਂ ਵੀ ਰਿਜੈਕਟ ਨਹੀਂ ਕੀਤਾ, ਸਗੋਂ ਭਾਰਤ ਉਦੋਂ ਗੋਲ ਮੋਲ ਗੱਲ ਕਰਦਾ ਰਿਹਾ, ਨਹੀਂ ਜੀ ਅਸੀਂ ਸਹਿਯੋਗ ਦੇਵਾਂਗੇ ਅਮਰੀਕਾ ਨੂੰ ਹੋਰ। ਜਿਹੜੀ ਕਿ ਸੱਚਾ ਬੰਦਾ ਜਦੋਂ ਹੁੰਦਾ ਨਾ, ਉਹ ਜਦੋਂ ਲਲਕਾਰ ਕੇ ਕਹਿੰਦਾ ਕਿ ਦੇਖੋ ਭਾਈ ਤੁਸੀਂ ਸਾਨੂੰ ਕਿਵੇਂ ਚੈਲੰਜ ਕਰਦੇ ਹੋ, ਉਹ ਚੈਲੰਜ ਭਾਰਤ ਵੱਲੋਂ ਮਿਲਿਆ ਨਹੀਂ ਹੈਗਾ, ਸਗੋਂ ਉਲਟਾ ਕੰਮ ਇਹ ਹੋਇਆ, ਕੈਨੇਡਾ ਨੂੰ ਤਾਂ ਉਹਨੇ ਦਬਕੇ ਮਾਰਨ ਲੱਗ ਗਿਆ। ਪਰ ਜਦੋਂ ਅਮਰੀਕਾ ਨੇ ਪਹਿਲੀ ਵਾਰ ਦਸੰਬਰ ਦੇ ਵਿੱਚ ਇਹ ਗੱਲ ਆਖੀ ਸੀਗੀ, ਉਦੋਂ ਇਹਨਾਂ ਨੂੰ ਗੱਲ ਨਹੀਂ ਆਈ ਕੋਈ, ਉਦੋਂ ਕਹਿੰਦੇ ਸੀ ਨਹੀਂ ਜੀ, ਨਹੀਂ ਜੀ, ਹਾਂ ਜੀ, ਨਾ ਜੀ। ਹੁਣ ਇਹਦਾ ਮਤਲਬ ਕੀ ਹੈ ਕਿ ਤੁਸੀਂ ਤਾਂ, ਕਿਉਂਕਿ BJP ਬੇਸ਼ਰਮੀ ਨਾਲ ਕਹਿ ਰਹੀ ਹੈ ਕਿ ਅਸੀਂ ਘੁਸ ਕੇ ਮਾਰਾਂਗੇ, ਘਰ 'ਚ ਘੁਸ ਕੇ ਮਾਰਾਂਗੇ। ਹਾਲਾਂਕਿ ਜਿਹੜਾ ਘਰ 'ਚ ਘੁਸ ਕੇ ਮਾਰਨ ਦਾ ਕੋਨਸੈਪਟ ਆ, ਉਹ ਇੱਕ ਤਾਂ ਗੈਰ ਜਮਹੂਰੀ ਵੀ ਹੈ, ਦੂਜੀ ਗੱਲ ਕਿ ਇੰਟਰਨੈਸ਼ਨਲ ਤੌਰ ਦੇ ਉੱਤੇ ਉਹ ਤੁਹਾਡੀ ਸ਼ਾਖ ਦਹਿਸ਼ਤਗਰਦ ਮੁਲਕ ਦੀ ਬਣਾਉਂਦਾ, ਕਿਉਂਕਿ ਜਿਹੜੀ ਦੂਜਾ ਮੁਲਕ ਵੀ ਪ੍ਰਭੂ ਸੱਤਾ ਸੰਪੰਨ ਹੈ, ਤੁਸੀਂ ਆਏ ਉਹਦੇ ਮੁਲਕ ਵਿੱਚ ਘੁਸ ਕੇ ਉਹਦੇ ਨਾਗਰਿਕ ਨੂੰ ਨਹੀਂ ਮਾਰ ਸਕਦੇ ਹੈਗੇ। ਤੁਸੀਂ ਜਿਹਨੂੰ ਹੁਣ ਆਪਣੀ ਜਨਤਾ ਨੂੰ ਤਾਂ ਤੁਸੀਂ ਕਹਿ ਸਕਦੇ ਹੋ ਵੋਟਾਂ ਲੈਣ ਦੇ ਲਈ ਵੀ ਦੇਖਾ ਦੁਸ਼ਮਣ ਕੋ ਗਰਮੇ ਘੁਸ ਕੇ ਮਾਰਾ, ਪਰ ਇੱਦਾਂ ਹੁੰਦਾ ਨਹੀਂ ਹੁੰਦਾ। ਇੱਦਾਂ ਜਿਹੜਾ ਤੁਹਾਡੀ ਆਪਣੀ ਕੌਮਾਂਤਰੀ ਪੱਧਰ 'ਤੇ ਜਿਹੜੀ ਸ਼ਾਖ ਹੈ ਉਹ ਬੜੇ ਸਵਾਲਾਂ 'ਚ ਘਿਰਦੀ ਆ। ਇਹੀ ਗੱਲ ਜਿਹੜੀ ਅਡਰੈਸ BJP ਦੇ ਲੀਡਰ ਜਾਂ ਮੋਦੀ ਹੁਣੇ ਜਨਤਾ ਨੂੰ ਕਹਿੰਦੇ ਨੇ, ਇੰਡੀਆ ਦੀ ਨੂੰ, ਇਹ ਅਮਰੀਕਾ ਨੂੰ ਨਹੀਂ ਕਹਿ ਸਕਦੇ ਵੀ ਹਾਂ ਵੀ ਅਸੀਂ ਜਿਹੜਾ ਸੱਚੀ ਮੁੱਚੀ ਮਾਰਿਆ ਜਾਂ ਮਾਰਨ ਦੀ ਕੋਸ਼ਿਸ਼ ਕੀਤੀ ਆ, ਇਹ ਕਿਉਂ ਫਿਰ ਦਲੀਲਾਂ ਤੋਂ ਬਚ ਰਹੇ ਨੇ? ਉਹਦਾ ਕਾਰਨ ਕੀ ਹੈ ਕਿ ਏਜੰਸੀਆਂ ਬਹੁਤ ਗੇਮ ਖੇਡਦੀਆਂ ਹੈਗੀਆਂ ਨੇ, ਨੋ ਡਾਊਟ ਇਹਦੇ ਵਿੱਚ ਹੈ, ਪਰ ਤੁਸੀਂ ਜੇਕਰ ਤੁਸੀਂ ਨਹੀਂ ਕੀਤਾ ਤਾਂ ਖੁੱਲ੍ਹ ਕੇ ਕਹੋ, ਦੱਸੋ, ਦਲੀਲ ਦਿਓ, ਉਹਨਾਂ ਨੂੰ ਘੇਰੋ। ਉਹ ਘੇਰ ਨਹੀਂ ਰਹੀਆਂ ਹੈਗੀਆਂ, ਨਾ ਹੀ ਸ਼ਾਇਦ ਮੈਨੂੰ ਲੱਗਦਾ ਘੇਰਨ ਦੀ ਇਹਨਾਂ 'ਚ ਤਾਕਤ ਹੈਗੀ, ਕਿਉਂਕਿ ਉਹਦਾ ਕਾਰਨ ਕੀ ਹੈ? ਅਜੀਤ ਡੋਵਾਲ ਨੇ ਇਹ ਕੁਛ ਚਿਰ ਪਹਿਲਾਂ ਆਪਣੀ 2-3 ਸਾਲ ਪਹਿਲਾਂ ਇੱਕ ਇੰਟਰਵਿਊ 'ਚ ਕਿਹਾ ਕਿ ਹਾਂਜੀ ਅਸੀਂ ਦੂਸਰੇ ਮੁਲਕਾਂ ਜਾ ਕੇ ਕੰਮ ਕਰਦੇ ਹਾਂ, ਅਸੀਂ ਦੂਸਰੇ ਮੁਲਕਾਂ ਦੇ ਵਿੱਚ ਜਾ ਕੇ ਅਸੀਂ ਜਿਹੜਾ ਉੱਥੇ ਦੀ ਸੱਤਾ ਨੂੰ ਪ੍ਰਭਾਵਿਤ ਕਰਦੇ ਹਾਂ। ਇਸੇ ਤਰ੍ਹਾਂ ਕੁਇੰਟ ਦੇ ਵਿੱਚ, ਦਾ ਕੁਇੰਟ ਦੇ ਵਿੱਚ 2020 ਦੇ ਵਿੱਚ ਅਨਿਲ ਮੈਨਨ ਨੇ ਇੱਕ ਰਿਪੋਰਟ ਛਾਪੀ ਸੀਗੀ, ਮੈਨਨ ਨੇ ਜਿਹੜਾ ਆਦਿਤਯ ਮੈਨਨ ਨੇ, ਉਹ ਸੀ ਕਿ ਇੱਕ ਜਰਨਲਿਸਟ ਹੈ ਇੰਡੀਆ ਦਾ, ਐਡੀਟਰ ਅਤੇ ਜਰਨਲਿਸਟ, ਕੈਨੇਡਾ ਵਿੱਚ ਉਹਨੂੰ ਭੇਜਿਆ ਜਾਂਦਾ, ਇਸ ਲਈ ਭੇਜਿਆ ਜਾਂਦਾ ਕਿ ਉਹ ਉੱਥੇ ਦੇ ਲੀਡਰਾਂ ਨੂੰ ਪ੍ਰਭਾਵਿਤ ਕਰੇ ਭਾਰਤੀ ਸਰਕਾਰ ਦੇ ਹੱਕ ਦੇ ਵਿੱਚ। ਉੱਥੇ ਦਾ ਉਹ ਸਿਟੀਜ਼ਨ ਆ, ਉਹਦੀ ਵਾਈਫ ਉੱਥੇ ਰਹਿੰਦੀ ਹੈਗੀ ਆ, ਅਤੇ ਉਹਨੇ ਉਹ ਜਿਹੜਾ ਹੈਗਾ ਦਾ ਕੁਇੰਟ ਨੂੰ ਜਿਹੜਾ ਹੈਗਾ ਬਾਈਟ ਦਿੱਤੀ ਹੈ। ਕੁਇੰਟ ਨੇ ਉਹਦਾ ਤਾਂ ਪੂਰਾ ਨਾਂ ਨਹੀਂ ਲਿਖਿਆ ਸੀ, AB ਕਰਕੇ ਲਿਖਿਆ ਸੀ ਉਹਦਾ ਨਾਂ, ਇਹ 2020 ਦੀ ਰਿਪੋਰਟ ਹੈਗੀ ਆ। ਸੋ ਇਸ ਕਰਕੇ ਮਸਲਾ ਕੀ ਹੈਗਾ ਵੀ ਇਹਦੇ ਵਿੱਚ ਬਹੁਤ ਕੁਛ ਕਾਲਾ ਹੈਗਾ, ਇਹਦੇ ਵਿੱਚ ਬਹੁਤ ਕੁਛ ਚੱਲਦਾ ਹੈਗਾ। ਸੋ ਉਹ ਜਿਹੜਾ ਚੱਲਦਾ ਵਾ, ਜਦੋਂ ਤੁਹਾਡੇ ਚੱਲਦੇ ਉੱਤੇ ਉਂਗਲ ਰੱਖੀ ਹੈ, ਤੁਹਾਨੂੰ ਤਸੱਲੀ ਬਖਸ਼ ਜਵਾਬ ਨਹੀਂ ਆ ਰਿਹਾ ਜੀ।
ਸ਼ਵਿੰਦਰ ਜੀ, ਇਹ ਜਿਹੜੇ ਲੀਡਰਸ ਹੁੰਦੇ ਆ, ਇਹ ਵੋਟਰਾਂ ਨੂੰ ਭਰਮਾਉਣ ਵਾਸਤੇ, ਉਹਨਾਂ ਨੂੰ ਬੋਤਲ 'ਚ ਉਤਾਰਨ ਵਾਸਤੇ, ਜਲੇਬੀ ਵਾਲਵਿੰਗ ਪਾ ਕੇ ਪੂਰੀ ਜਿਹੜੀ ਆ ਬਿਆਨਬਾਜ਼ੀ ਕਰਦੇ ਆ ਵੀ ਵੋਟਰ ਸਾਡੇ ਤੋਂ ਪ੍ਰਭਾਵਿਤ ਹੋ ਜਾਵੇ ਤੇ ਵੋਟਰ ਫਿਰ ਜਿਹੜਾ ਉਹ ਜਿਸ ਦਿਨ ਚੋਣਾਂ ਪੈਣ ਤਾਂ ਸਾਡੇ ਚੋਣ ਨਿਸ਼ਾਨ ਵਾਲਾ ਬਟਨ ਜਿਹੜਾ ਦਬਾ ਦੇਵੇ। ਸੁਸ਼ੀਲ ਰਿੰਕੂ ਜਿਹੜੇ ਇਸ ਵੇਲੇ ਭਾਜਪਾ ਦੇ ਉਮੀਦਵਾਰ ਨੇ ਜਲੰਧਰ ਤੋਂ, ਸੋਸ਼ਲ ਮੀਡੀਆ ਤੇ ਉਹਨਾਂ ਦੀ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਆਮ ਆਦਮੀ ਪਾਰਟੀ ਜਿਹਦੇ ਉਹ ਸਾਬਕਾ ਸੰਸਦ ਮੈਂਬਰ ਰਹਿ ਚੁੱਕੇ ਆ ਜਿਸ ਪਾਰਟੀ ਵੱਲੋਂ, ਉਹਨਾਂ ਦੇ ਜਾਂ ਤੇ ਵਰਕਰਾਂ ਤੇ ਤੰਜ ਕੱਸ ਰਹੇ ਜਾਂ ਪੂਰੀ ਪਾਰਟੀ ਦੇ ਉੱਤੇ ਉਹਨੂੰ ਇੱਕ ਕੁੱਤੇ ਦੇ ਨਾਲ ਸੰਬੋਧਨ ਕਰ ਰਹੇ ਆ। ਬਹੁਤ ਹਲਕੇ ਲੈਵਲ ਦੀ ਇਹ ਜਿਹੜੀ ਹੈਗੀ ਹੈ ਗੱਲਬਾਤ ਹੈ, ਕਿਉਂਕਿ ਜਿਵੇਂ ਜਿਵੇਂ ਸੱਤਾ ਦਾ ਸਿਆਸਤ ਦਾ ਲੈਵਲ ਡਿੱਗ ਰਿਹਾ ਨਾ, ਉਹਦੀ ਇੱਕ ਨਿਸ਼ਾਨਦੇਹੀ ਹੈ। ਤੁਸੀਂ ਕਿਸੇ ਕਾਂਗਰਸ ਪਾਰਟੀ ਨਾਲ ਵੀ ਜੁੜੇ ਰਹੇ ਹੋ, ਤੁਸੀਂ ਜਿਹੜਾ ਆਪ ਨਾਲ ਵੀ ਜੁੜੇ ਰਹੇ ਹੋ, ਤੇ ਹੁਣ ਉਹਨਾਂ ਪਾਰਟੀਆਂ ਬਾਰੇ ਤੁਸੀਂ ਇਹ ਸ਼ਬਦਾਵਲੀ ਵਰਤ ਰਹੇ ਹੋ। ਸਵਾਲ ਇਹ ਹੈਗਾ ਕਿ ਜੇ ਤੁਹਾਡੇ ਕੋਲ ਕੰਮ ਦੀ ਕੋਈ ਗੱਲ ਹੋਵੇ, ਤੁਹਾਡੇ ਕੋਲ ਏਜੰਡਾ ਹੋਵੇ, ਮੁੱਦਾ ਹੋਵੇ, ਤੁਸੀਂ ਹਲਕੇ ਮੁੱਦਿਆਂ 'ਤੇ ਨਾ ਆਓ। ਜਦੋਂ ਤੁਸੀਂ ਇਸ ਤਰ੍ਹਾਂ ਦੀ ਸੰਗਿਆ ਦੇ ਰਹੇ ਹੈਗੇ ਹੋ ਤਾਂ ਤੁਸੀਂ ਜਿਹੜਾ ਹੈਗਾ ਤੁਹਾਡੇ ਕੋਲ ਲੋਕਾਂ ਲਈ ਲੜਨ ਦਾ ਕੋਈ ਇਸ਼ੂ ਨਹੀਂ ਹੈਗਾ, ਕੋਈ ਮੁੱਦਾ ਨਹੀਂ ਹੈਗਾ। ਲੋਕਾਂ ਲਈ ਸਵਿੰਦਰ ਜੀ, ਉਹ ਤੇ ਲੋਕਾਂ ਨੂੰ ਹੀ ਸੰਬੋਧਨ ਕਰ ਰਿਹਾ ਨਾ ਵੀ ਇੱਥੇ ਆਮ ਆਦਮੀ ਵਾਲਾ ਕਹਿੰਦੇ ਕੋਈ ਨਹੀਂ ਹੈਗਾ, ਯਾਨੀ ਕਿ ਜਿਹੜੇ ਆਮ ਆਦਮੀ ਦੇ ਵਿੱਚ ਉਹਨਾਂ ਨੂੰ ਇਹ ਇਸ ਕਦਰ ਸਮਝਦੇ ਆ ਸੁਸ਼ੀਲ ਰਿੰਕੂ, ਆਮ ਆਦਮੀ ਪਾਰਟੀ ਦੇ ਜਿੰਨੇ ਵੀ ਉਹਨਾਂ ਦਾ ਕਾਡਰ ਹੋਏਗਾ ਜਾਂ ਉਹਨਾਂ ਦੇ ਮੈਂਬਰਸ ਹੋਣਗੇ, ਉਹਨਾਂ ਦੇ ਨੂੰ ਤਸ਼ਬੀਹ ਦਿੰਦੇ ਆ, ਮਤਲਬ ਉਹ ਜਾਨਵਰ ਦੇ ਨਾਲ ਦਿੰਦੇ ਨੇ, ਕੁੱਤੇ ਦੇ ਨਾਲ ਦਿੰਦੇ ਨੇ। ਇਹ ਬਿਲਕੁਲ ਇਹ ਇੱਕ ਹਲਕੇ ਲੈਵਲ ਦੀ ਹੈ, ਕਿਉਂਕਿ ਕੋਈ ਵੀ ਪਾਰਟੀ ਦਾ ਜਿਹੜਾ ਹੈਗਾ, ਪਾਰਟੀ ਕੋਈ ਵੀ ਪਾਰਟੀ ਹੈ, ਸਿੱਧੀ ਜੀ ਗੱਲ ਆ, ਅਸੀਂ ਵਰਕਰੀ ਕੀ ਵਰਕਰ ਨਾਲ ਹੀ ਪਾਰਟੀ ਬਣਦੀ ਆ। ਇਹ ਕੋਈ ਵੀ ਪਾਰਟੀ ਹੋਵੇ, ਈਵਨ ਇੱਥੋਂ ਤੱਕ ਕਿ ਤੁਹਾਡੀ ਵਿਚਾਰਧਾਰਾ ਤੋਂ ਵੱਖਰੀ ਵੀ ਕੋਈ ਪਾਰਟੀ ਹੋਵੇ, ਉਹਦੇ ਵਿੱਚ ਜਿਹੜੇ ਲੋਕ ਹੁੰਦੇ ਆ, ਲੋਕਾਂ ਦੇ ਕੋਈ ਇਮਾਨਦਾਰ ਹੁੰਦੇ ਨੇ ਨਾ, ਲੋਕਾਂ ਨੇ ਤਾਂ ਉਹਦੇ ਨਾਲ ਜਿਹੜੇ ਉਹਦਾ ਕਾਡਰ ਜੁੜਿਆ ਹੁੰਦਾ, ਉਹਦੇ ਵਰਕਰ ਹੁੰਦੇ ਨੇ, ਉਹ ਤਾਂ ਆਪਣੇ ਜੀ ਜਾਨ ਨਾਲ ਕੰਮ ਕਰਦੇ ਨੇ, ਉਹਦੇ ਵਿੱਚ ਸ਼ਿੱਦਤ ਹੁੰਦੀ ਹੈ। ਇਹਦਾ ਮਤਲਬ ਤੁਸੀਂ ਉਹ ਸ਼ਿੱਦਤ ਨੂੰ ਵੀ ਗਾਲ ਕੱਢ ਰਹੇ ਹੋ, ਤੁਹਾਡੀ ਜਿਹੜੀ ਲੋਕਾਂ, ਕਿਉਂਕਿ ਡੈਮੋਕ੍ਰੇਸੀ ਕਾਹਦੀ ਹੁੰਦੀ ਹੈ, ਡੈਮੋਕ੍ਰੇਸੀ ਹੁੰਦੀ ਆ ਲੋਕਾਂ ਦੀ ਯੂਨਾਈਟ ਹੋਣ ਨਾਲ ਬਣੀ ਹੋਈ ਹੁੰਦੀ ਹੈ, ਤੁਸੀਂ ਉਸ ਡੈਮੋਕ੍ਰੇਸੀ ਦੀ ਮੂਲ ਭਾਵਨਾ ਨੂੰ ਸੱਟ ਮਾਰ ਰਹੇ ਹੋ, ਤਾਂ ਇਹਦਾ ਮਤਲਬ ਤੁਹਾਡੇ ਕੋਲ ਤੁਹਾਡਾ ਜਿਹੜਾ ਸੁਭਾਅ ਆ, ਤੁਹਾਡਾ ਕਰੈਕਟਰ ਗੈਰ ਲੋਕਤੰਤਰੀ ਹੈ, ਜਦੋਂ ਇੱਦਾਂ ਦੀ ਗੱਲ ਕਰਦੇ। ਸ਼ਵਿੰਦਰ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਵਾਸਤੇ ਕੱਢਦੇ ਹੋ, ਆਪਾਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ, ਲੋਕ ਪਸੰਦ ਵੀ ਕਰਦੇ ਆ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ। ਸ਼ੁਕਰੀਆ ਸੰਦੀਪ ਜੀ, ਮਿਹਰਬਾਨੀ ਜੀ। Subscribe to One India channel and never miss an update.